कब्रस्तान कोल गाजा मारन लगे पे मान मान वो माना वो मानिया वो थोड़ी जनानी नसी गई जनाानी नसी गई माना दौड़ना दौड़ना आया वो चुप कर क्या बेगारती करना है सारी दुनिया सुननी पे। मैं सच बाना ना जनानी थोड़ी नसीगी असलम नाजरीन नाजरीन राजा बिशारत सी खिदमत आज रहा नवी पठवारी भीडियो तो ना चैनल तकड़े पे हो बिशारत हो सबसे पहले तो बहुत बहुत ईद मुबारक सब दुनिया किस जगह पर भी हो तार की बहुत बहुत ईद मुबारक और अलग करे कि जी ईद ही है सारे है। जनाब खुशी ना पैगाम के नहीं तो अच्छा और अमर और सलामती ना प्यार के नहीं तो अच्छा और प्यार मुहब्बत ना पैगाम के नहीं अच्छा। माशरे तो अच्छा और सारे मुआरे में जिस वक्त ईद एशनी तो उल कोई रौले भी आ कि नहीं अच्छी खिदमत एक अपने महल वाकया पेश कर स ਬੜਾ ਹੀ ਦਿਲਚਸਪ ਵਾਕਿਆ ਆਇਆ ਤਾਂ ਉਮੀਦ ਕਰਨਾ ਕਿ ਤੁਸੀਂ ਇਸ ਕੀ ਸਾਰਾ ਸੁਣ ਸੋ ਤੱਕ ਸੋ ਅਸਾਂ ਨੇ ਮੱਲੇ ਵਿੱਚ ਨਾ ਇੱਕ ਬੰਦਾ ਰਹਿਣਾ ਮਾਣਾ ਮਾਣਾ ਮਾਨੇਨੀ ਬੀਬੀ ਆ ਬਾਲੀ ਬਾਲੀ ਕੀ ਜਿਹੜਾ ਉਸਨੇ ਜਿਹੜੀ ਫੁੱਫੀ ਆ ਉਸ ਵਿਆਹ ਤਾਂ ਦਾ ਸਾਬ ਬੜੇ ਸ਼ੌਕ ਨਾਲ ਲੇਕਿਨ ਫੁੱਫੀ ਨਹੀਂ ਤਾਂ ਬਾਲੀ ਨਹੀਂ ਆਪਸ ਵਿੱਚ ਕਿ ਬੰਢੀ ਨਹੀਂ ਤਾਂ ਫੁੱਫੀ ਵੀ ਸਖਤੀ ਆ ਉਸਨੇ ਕਾਫੀ ਸਾਰੀ ਤਾਂ ਉਸ ਦਾ ਦਿਲ ਹੋਣਾ ਕਿ ਇਹਦੀ ਪਰ ਮੈਂ ਪੇਕਾ ਗਛਾ ਦੇ ਫੁੱਫੀ ਉਸ ਕੀ ਗਛੜ ਨਹੀਂ ਦੇਣੀ ਤੇ ਜਿਸ ਵੇਲੇ ਵੀ ਦੇਸ਼ ਨਹੀਂ ਉਹਨਾਂ ਨਾਲ ਕੋਈ ਜਨਾਬ ਆਪਸੀ ਚ سلسلہ ਸ਼ੁਰੂ ਹੀ ਪੈਣਾ ਅੱਛਾ ਅੱਜ ਕੱਲ ਇਸ ਤਰ੍ਹਾਂ ਇੱਕ ਵਾਅਦਾ ਜਿਹਾ ਬਣਿਆ ਹੋਇਆ ਕਿ ਹਰ ਔਰਤ ਜਿਹੜੀ ਹੈ ਉਹ ਈਦੀ ਦਾ ਪਹਿਲਾ ਰੋਜ਼ ਜਿਹੜਾ ਆ ਉਹ ਆਪਣੇ ਸਸਰਾਹਲੇ ਚ ਗੁਜ਼ਾਰਨੀ ਔਰ ਦੂਸਰਾ ਜਿਹੜਾ ਰੋਜ਼ਾ ਉਹ ਫਿਰ ਪੇਕੇ ਚਲੀ ਗਿਸ਼ਨੀ ਆਪਣੇ ਖਾਵੰਦ ਕੇ ਬਚਿਆ ਨਾਲ ਇਹ سلسلہ ਚੱਲਣਾ ਪਿਆ ਲੇਕਿਨ ਬਾਲੀ ਨੇ ਜਿਹੜੀ ਸੱਸੀ ਜਿਹੜੀ ਬਾਲੀ ਨੂੰ ਭੁੱਖੀ ਆ ਉਹ ਉਸਕੇ ਦੋ ਰੋਜ਼ ਵੀ ਨਹੀਂ ਸੀ ਗੱਠਕ ਦੇਣੀ ਵਾਲੀ ਸੀ ਬਸ ਇਹ ਦਿੱਥਾਈ ਹੋਸੀ ਅਸਾਂ ਬੱਚਿਆ ਸੁਬਗਰ ਨਾਲ ਨਹੀਂ ਰਹਿ ਸਕਨੇ ਸਾਰਾ ਬਾਲੀ ਦਾ ਦਿਲ ਹੋਣਾ ਸਾ ਗਿਸ਼ਨੇ ਨਾ ਇੱਕ ਵਾਰੀ ਜਿਸ ਵੇਲੇ ਇਸ ਤਰ੍ਹਾਂ ਹੀ ਦਾਇ ਤਾਂ ਬਾਲੀ ਜ਼ਿੱਦ ਕੀਤੀ ਮਾਨੇ ਨਾਲ ਕਿ ਮੈਂ ਜੜੀ ਹੈ ਉਹ ਇਹਦਾ ਆਪਣੇ ਗਰਾਗ ਗੁਜ਼ਾਰਸਾ ਆਪਣੇ ਆ ਪਿਆ ਨਾਲ ਹੁਣ ਮਾਨੇ والدہ ਨਾਲ ਗੱਲ ਕੀਤੀ والدہ ਨਹੀਂ ਮੰਨੇ ਮਾਨਾ ਵਿਚਾਰਾ ਚੁੱਪ ਹੋਏ ਗਿਆ ਉਹ ਕਿਆ ਕਰਾ ਉਹ ਆਣਾ ਭੂਪੀ ਪਤਰੀ ਇਹ ਚਰ ਕੋਲ ਨੇ ਰਾਂ ਦੇ ਉਹ ਕਰ ਨੇ ਝਗੜੇ ਸੂ ਮਾਨਾ ਜ਼ਿਆਦਾਤਰ ਬਾਹਰ ਦੋਸਤਾਂ ਨਾਲ ਹੀ ਫਿਰਣਾ ਟੁਰਨਾ ਰਹਿਣਾ ਸਰ ਉਹੋ ਜ਼ਿੱਦ ਕਰਨੀ ਨਹੀਂ ਮਾਨਾ ਉਸਕੇ ਟਾਲ ਮਟੋਲ ਕਰਨਾ ਰਹਿਯਾ ਇਹਦੀ ਨਾ ਦਿਹਾੜਾ ਆ ਗਿਆ ਜਿਸ ਵੇਲੇ ਇਹਦੀ ਨਹੀਂ ਸਵੇਰਾ ਹੈ ਮਾਨਾ ਗਿਆ ਨਮਾਜ਼ ਪੜ੍ਹਨੇ ਆਸਤਾ ਹੈ ਬੱਚੇ ਜਸੁੱਤੇ ਹਸੇ ਤੇ ਬਾਲੀ ਦੀ ਰੋਸਾ ਬਾਲੀ ਜਨਾਬ ਆਪਣੇ ਕੱਪੜੇ ਬਾਏ ਭੈਗੈਚ ਤੇ ਕੱਪੜੇ ਛਪੜੇ ਸਾਰੇ ਬੈਗਜ ਬਾਇ ਤੇ ਨਿਕਲੀ ਗਈ ਪਿਛੂ ਫੁੱਫੀ ਤੱਕਿਆ ਉਸ ਰੋਲਾ ਬਾਇਆ ਉਹ ਕੁਦਰ ਜੁਲੀ ਹੈ ਕੁਦਰ ਜੁਲੀ ਹੈ ਉਹ ਬਗਾਇਬ ਜਵਾਬ ਕੀਤੇ ਚਲੀ ਗਈ ਉਹ ਫੁੱਫੀ ਪਿੱਛਾ ਦੌੜੀ ਉਹਨੋ ਚੈਰੀ ਬਿਮਾਰ ਵੀ ਸੀ ਆੜਾ ਦੌੜੀ ਵੀ ਨਹੀਂ ਸੀ ਸਕਣੀ ਤੇ ਉਸ ਲਲਾ ਕੋਏਗੀ ਬਾਲੀ ਉਸੇ ਕਮਾੜਿਆ ਨਾ ਬੁਆ ਖੜਕਾਇਆ ਇੱਕ ਬੰਦਾ ਬਾਹਰ ਨਿਕਲਿਆ ਤਾਂ ਉਸकी ਆਖਣੀ ਮਾਨੇ ਨਾ ਪਤਾ ਕਰੇ ਨਾ ਉਧਰ ਨਿਕਲੀ ਗਿਆ ਪਤਾ ਨਹੀਂ ਸਾਰੇ ਲੋਕ ਨਮਾਜ਼ ਪੜੀ ਤਾਰੇ ਮਾਨਾ ਘਰ ਆਇਆ ਹੀ ਕੋਈ ਨਹੀਂ ਤਾਂ ਉਸकी ਆਖ ਕੇ ਜਨਾਨੀ ਨਹੀਂ ਗਈ ਆ ਉਹ ਜਨਾਬ ਬੰਦੇ ਮੋਟਰਸਾਈਕਲ ਕਢਿਆ ਮੋਟਰਸਾਈਕਲ ਕਢੀ ਤਾਂ ਨਠਾ ਜਨਾਬ ਅੱਗਿਆ ਪਿੱਛਾ ਲੋੜਾ ਇਧਰ ਉਧਰ ਲੋਕਾਂ ਕੋਲੋਂ ਪੁੱਛਿਆ ਮਾਨੇ ਨਾ ਪਤਾਏ ਮਾਨੇ ਨਾ ਬਤਾਏ ਕੁਛ ਦੱਸਿਆ ਕਿ ਉਹ ਤਾਂ ਕਬਰਸਤਾਨ ਗਿਆ ਉਹ ਉਧਰ ਕਬਰਾਂ ਉੱਪਰ ਦੁਆ ਕਰਨੇ ਆਸਤੇ ਤੇ ਲੋਕ ਅੱਗੇ ਦੀ ਵਾਲੇ ਰੋਜ਼ ਗਿਛਨੇ ਕਬਰਾਂ ਉੱਪਰ ਅੱਗੇ ਦੁਆ ਕਰਨੇ ਉਮਾਨਾ ਵੀ 17 ਟਾਈਮ ਗੁਜ਼ਾਰਨਾ ਸਾਵਧਾਨਾ ਦੌੜਨਾ ਦੌੜਨਾ ਜਾ ਕੇ ਪ੍ਰਸਤਾਨ ਕੋਲ ਕੇ ਚੀਵਾਜ਼ਾ ਮਾਰ ਲੈ ਪਾਵਾ ਮਾਨਿਆ ਵਾ ਮਾਨਿਆ ਉਹ ਤੁਹਾਡੀ ਜਨਾਨੀ ਨਸੀ ਕੀ ਆ ਵੇ ਨਾਣੀ ਨਸੀ ਕੀ ਆ ਵੇ ਉਮਾਨਾ ਦੌੜਨਾ ਦੌੜਨਾ ਆਇਆ ਉਹ ਚੁੱਕ ਕਰਕੇ ਬਿਗਰਤੀ ਕਰਨਾ ਹੈ ਸਾਰੀ ਦੁਨੀਆ ਸੁਣਨੀ ਪਈ ਅਹ ਮੈਂ ਸੱਚ ਬਾਣਾ ਨਾ ਜਨਾਨੀ ਤੁਹਾਡੀ ਨਸੀ ਕੀ ਉਸ ਆਖਿਆ ਇਦਰ ਦਾ ਮੇਰੀ ਮੋਟਰਸਾਈਕਲ ਕੋਲ ਸਾਸ ਨਾਲ ਅਹ ਕਿਆ ਪਤਾ ਕੌਣ ਸਾਕਾ ਕਮੇਟੀ ਚੋਂ ਖਲਤਾ ਢਿਕਣਾ ਸੀ ਮਾਨੇ ਜੋ ਰੋਚੜੀ ਗਿਆ ਦੋ ਚੰਡਾ ਮਾਰੀ ਔਰ ਬਕਵਾਸ ਕਰਨਾ ਜਨਾਮੇ ਕੀ ਬਦੂਣਾ ਸਾਰੇ ਇਲਾਕੇ ਵਿੱਚ ਉਹ ਮੋਟਰਸਾਈਕਲ ਕਿ ਨਹੀਂ ਤਾਂ ਨਠਾ ਜਨਾਬ ਉਸਕੀ ਲੋੜਾ ਲਈ ਪਿਆ ਜਿਹੜੇ ਪਾਸੇ ਗਈ ਅੱਛਾ ਬਾਲੀ ਜਿਸ ਵੇਲੇ ਨਿਕਲੀ ਤਾਂ ਬਾਲੀ ਅੱਗੂ ਇੱਕ ਰੱਖਿਆ ਰੋਕਿਆ ਤਾਂ ਰੱਖੇ ਕੀ ਆਖਣੀ ਮੇਕ ਗੁਜਰਖਾਨ ਹਲੇ ਡੇ ਉੱਪਰ ਕਿ ਨਹੀਂ ਕੋ ਉਸ ਵੇਲੇ ਗੁਜਰਖਾਨ ਅੱਡਾ ਜੜਾ ਪਤਾ ਨਹੀਂ ਅੱਜ ਕੱਲ ਉੱਥੇ ਧਿਆ ਕੇ ਨਹੀਂ ਧਿਆ ਜਿਸ ਵੇਲੇ ਲਿਆਕਤ ਬਾਗ ਸਿ ਗੱਛੋ ਰਾਜਾ ਮਜ਼ਾਰ ਆਲੇ ਪਾਸ ਹੈ ਤੇ ਜਿੱਥੇ ਕਾਲਜ ਰੋਡ ਤੇ ਗਵਲ ਮੰਡੀ ਵਾਲਾ ਚੌਕ ਹੈchna ਉਸ ਜਾਈ ਉਪਰ ਵਾਗਨਾ ਚਲਨੀ ਅਸੀ ਗੁਜਰਖਾਨੇ ਨਹੀਂ ਬਾਲੀ ਉੱਥੇ ਪਹੁੰਚੀ ਬਾਲੀ ਹੋਇਆ ਜਨਾਬ ਉਥੋਂ ਉਤਰੀ ਤਤਕਿਆ ਸਗਾ ਵਾਗਨ ਖਲਤੀ ਪੰਜ ਛੇ ਬੰਦੇ ਵਿੱਚ ਬੈਠੇ ਤੈ ਇੱਕ ਬੰਦਾ ਬਾਹਰ ਖਲਤਾ ਹੋਆ ਬੈਗ ਸ਼ੈਕ ਲਾਇਆ ਹੋਆ ਤੇ ਬੜੇ ਬਾਲਸ਼ਾਲ ਰੱਖੇ ਰੋ ਬੜਿਆ ਵਾ बाली जिस वेला वैगना वाले पैसे गई तो जाकत आ गया उसने पीछे सिमरन तुम आ गई हो सिमरन सिमरन मैं तुम्हारा इंतजार कर रहा था आप इतनी देर आई हो उस तक क्या है बंदा कूड़ा उस आ गया दफ़ा हो मैं अग्न रोया चियाँ क्या बकवास करना है सिमरन कुड़ियाँ यानी सिमरन मैं तुम्हारा इंतजार कर रहा था उस ये वो उशा रुख बढ़िया हुआ जनाब उस बाला बाली उसकी खैर इग्नोर किया था वो अग्न गई थे बह लगी इचरा वो जनाब आँगी और तूफान ने तरह मोटरसाइकिल आ पर ना उसने घर आला गया उस घर आचे कुदर जुलिए चल बो और बाली की रोह साहब बाली उसके तो कौन है कि मैं क्या बो चल गो मैं जुली आ गजर खान अच्छा वो जड़ा जाकत सा हीरो जिस बने तकिया के बाली बाली तरह बिच अपने घर आया के तू कुे निकली तू ते तो उस समझ के शायद ये जड़ी है बाली की हमें तंग प्या करना तो वो आ अच्छी खली रहा आप मेरी सिमरन को नहीं लेके जा सकते आप कौन हैं ये मेरी सिमरन है ये मैं इसका इंतजार कर रहा था फलाना फलाना उस उसके पास आगेताओ दबा हो और हामी क्या बकवास करना है अच्छा माने ना बाँ पकड़ी बाली नहीं तो छिकन बया मोटरसाइकिला पर वो अगे खली रहा उस रोला बाया बचाओ ये बचाओ बचाओ ये क्या हो गया ये कौन बंदा है सिमरन को लेके जा रहा है वो वैगन है जो पंज छह बंद बैठे थे एक दो दौड़ी तो आ गए और जिस बेले शाहरुख बनेसा जिससे गला कितिया तो लोग समझे कि जनानी है शाहरुख नाली है यह बंद आया कोई बदमाश टाइप मोटरसाइकिले पर जनाब सारे उसने गिरदी गए और कई बंदे जनाब ऐसे मौके पर तफा शफा मारना शुरू करी देने जनाब वो उसकी मारन लगी पे अच्छा आम मौका आवे ना किस बंद की मार पैनी हो अगू वह मारना और जिस वेलो इस हालत चवे कि उसनी तबीयत खराब होवे बीवी उसने रुसी वे उसकी किस समझ ही नहीं आई नहीं उसकी जिस छे मारन लगे तो अं पिछावा पिछा, पिछा को गटर जहां जो मैन ऑल ਥੋੜਾ ਜਿਹਾ ਖੁੱਲਾ ਸਾ ਤਾਂ ਉਸਨੇ ਜਦ ਉਸਨੇ ਪੈਰ ਆਇਆ ਤਾਂ ਚਾਇਆ ਬੁਲ ਲਗਾ ਜਨਾਬ ਉਹ ਲਤ ਉਸਨੇ ਮੁੜੀ ਗਈ ਤੇ ਉਹਨਾਂ ਕਿ ਜਨਾਬ ਉਹ ਲਤ ਆ ਮੁਕਿਆ ਨਾਲ ਮਾਰਾ ਲੱਗੇ ਉਹ ਜਿਹੜਾ ਸ਼ਾਹਰੂਖ ਸਾਹ ਧੋੜੀ ਤੱਕ ਰੱਖਿਆ ਕਿ ਨਹੀਂ ਆਇਆ ਤਾਂ ਰੱਖਿਆ ਵੀ ਜਨਾਬ ਬਾਹ ਕਢੀ ਬਾਹ ਤਾਂ ਖ ਸਿਮਰਨ ਆ ਜਾਓ ਸਿਮਰਨ ਆ ਜਾਓ ਸਿਮਰਨ ਪੈਸਾ ਜਿਸ ਤਰ੍ਹਾਂ ਸ਼ਾਹਰੂਖ ਖਾਨ ਇੱਕ ਦਿਲ ਵਾਲੇ ਦੁਲਨੀਆਂ ਲੈ ਜਾਣਗੇ ਜੋ ਟ੍ਰੇਨ ਚ ਬਾਹ ਬਾਹ ਕਢੀ ਹੋਣੀ ਉਸ ਤਾਂ ਆ ਜਾਓ ਸਿਮਰਨ चाहिए वो तो ओ उपैर वाला बाय सिमरन आ जाओ सिमरन जी लो अपनी जिंदगी आ जाओ मेरे साथ मैं ये रक्षा लेके आया हूँ सिमरन मैं तुम्हें रक्षा पर ले जाऊँगा हम रवाते से जाएंगे और जनाब कलर सीता से जाएंगे चौक पंडोड़ी में मैं तुम्हें पकौड़े खिलाऊँगा और हम बेबल जाएंगे और बेबल से रेलवे रोड से मैं तुम्हें ले जाऊंगा वहां पे ये खाएंगे वो करेंगे वो प्या अपना किजबा है बाली जिसे तकिया के बंदे त इसकी मारना पे तो उन्हें क्या अड़ी छोड़ो छोड़ो ऑटो पर आए माड़ा अपना जनाया माड़ा घर आया वह जो शाहरुख साखना नहीं नहीं ये इसका घरवाला नहीं है ये डर की वजह से ऐसे कह रही है उस आख्या इसकी मारी सड़ सन करं कह उस अगर पीछे तक तो जो तम्बू जहा नहीं लगा होना एक तरपाल जे इ लाया होना नाल दो बांस लगे होने بارش آ رشنا اچھا یا تپنا اچھا او لغا س اچھا بالی گئی تو بالی گچتا او باس کٹے اڈام جی او باس کٹی تو بندے اج مارن لگے پئے جڑے اس نے گھر لے کے مارنے سے کہ ہٹو پیچھے آ رہا بھی او کیوں نہیں او چھوڑنے اس کی او بالی نا نکےوڑیو گراں وچ بکریاں چرانے اڑیں سی تے کلمبی جی سٹی کول اس رکھی اڑیں سی کہ بکریاں چرانے کئی والی اس ویلے جنگل اج کوئی پگہڑا اگے شناسا کوئی اور چیز تو ਉਨਾਂ ਨੇ ਹਫਾਜ਼ਤ ਅਸਤਾ ਤਾ ਉਸ ਜਨਾਬ ਰੱਖੀ ਹੋਣੀ ਸੀ ਤੇ ਚੰਗਾ ਉਹ ਛੋਟਾ ਛੋਟਾ ਚਲਾਈ ਕਿੰਨੀ ਸੀ ਔਰ ਸਹੀ ਜੱਟੀ ਸੀ ਉਹ ਤਾ ਦਰਖਤਾਂ ਬਰੁ ਫਲ ਸ਼ਾਲ ਅਮਰੂਦ ਸ਼ਮਰੂਦ ਲਾਣੀ ਸੀ ਇਸ ਤਰ੍ਹਾਂ ਤੋ ਉਸਕੀ ਕਾਫੀ ਪ੍ਰੈਕਟਿਸ ਸੀ ਉਸ ਜਨਾਬ ਤੋਂ ਵੀ ਤਰਿਆ ਉਹਨਾਂ ਬੰਦਿਆਂ ਕੀ ਥੋੜੀ ਦੇਰ ਗੁਜ਼ਰੀ ਤੇ ਜਣਾ ਤੇ ਵਿਚਾਰਾ ਉਸਨੇ ਮੜਾ ਖਿਆਲ ਲੱਤ ਭੱਜੀ ਦੀ ਉਹ ਤੋ ਬੁੰ ਲੇਟਿਆ ਵਾ ਤੋ 6-7 ਬੰਦਿਆਂ ਕੀ ਉਸ ਅੱਗੇ ਲਾਇਆ ਵਾ ਤੇ ਦੇ ਮਾਰਿਆ ਵੀ ਜਨਾਬ ਡਾਨਾ ਤੇ ਇਧਰ ਤੇ ਉਧਰ ਤੇ किस बंदे ना उ अड्डे परू किस पुलिस के कॉल करी सटी जिस बाली की छ लाया फिर डांगा मारे एर टां 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 करने जनाब पहले रेस्क्यू आची गए वन वन टू आनाब पुलिस नी गी वो वाले जिस आ गई रेस्क्यू आलें जिसमें अच्छी तक उन्हें जनाब छड़ाया पुलिस आलें अ जनाब और रौला बाया तो उस बाली छोड़ा उ ਉਹ ਜਨਾਬ ਪੰਜ ਛੇ ਬੰਦੇ ਹੁਸੈਨੀ ਬਾਪਰ ਲਗਾ ਹੁਸੈਨਾ ਸਿਰ ਬਟਿਆ ਖੂਨੋਂ ਖੂਨ ਉਹਨਾਂ ਤੇ ਬਾਲੀ ਚੰਗਾ ਪਰਾ ਪਿੰਜੀ ਸਟਿਆ ਉਹ ਬਾਲੀ ਜਿਸ ਵੇਲੇ ਗਈ ਘਰ आले ਕੋਲ ਤੇ ਘਰ आले ਕੇ ਜਨਾਬ ਉਹ ਚਾਹ ਲਗੀ ਤਾਂ ਬਾਲੀ ਤੱਕਿਆ ਕਿ ਉਸਨੇ ਹੱਥ ਹੀ ਨਹੀਂ ਕੰਮ ਕਰਨੇ ਪਏ ਤੇ ਇਤਨੇ ਅਰਸੇ ਬਾਅਦ ਉਸ ਜਨਾਬ ਡਾਂਗ ਫੇਰੀ ਸੀ ਤਾਂ ਉਸਨੀਆਂ ਜਿਹੜੀਆਂ ਦੋ ਹੱਥ ਸੇ ਕਲਾਈਆਂ ਜਿਹੜੀਆਂ ਸੀਆਂ ਉਸਨੀਆਂ ਦੋ ਹੱਥੇ ਜਿਹੜੀਆਂ ਬੀੜੀਆਂ ਹੋਣੀਆਂ ਉਸਨੀਆਂ ਉਹ ਦਰਦ ਕਰਨ ਤੋਂ ਉਸਨੇ ਹੱਥ ਹੀ ਨਾ ਪੇ ਕੰਮ ਕਰਨੇ ओ एंबुलेंस वाले जनाब उन्हें कि बहिया एंबूलेंस ही तो नाल उसकी शाहरुख की भी पुलिस आया शाहरुख चाहे उसकी कोई चोट छोट कि नहीं लगी वो खड़ दूर खलता पा तुमाशा तो तकड़ा सा वह सारे की जनाब भाई तो अस्पताल के नहीं गए अस्पताल फटोफट एक्सरे होए तो पता चलिया कि वह जो बालीनियाँ बीनिया ਇੰਨਾ ਨਹੀਂ ਆ ਕੋ ਗੀਟੀਆਂ ਵਿੱਚ ਮਸਲਾ ਆਤ ਉਹ ਜਨਾਬ ਨਬਾਲੀ ਕੇ ਥਪ ਲਸਟਰ ਕਰੀ ਸਟਿਆਤ ਉਸ ਕੀ ਜਨਾਬ ਕਰੀ ਸਟਿਆ ਨੇ ਉਸ ਨੇ ਲਤਾ ਨ ਪਲਸਟਰ ਕਰੀ ਸਟਿਆ ਨੇ ਉਸ ਨੇ ਲਤ ਜਨਾਬ ਕਰਾਇ ਕੋਈ ਗਈ ਸੀ ਉਹ ਜਿਹੜੇ ਪੰਜ ਛੇ ਬੰਦੇ ਸੇ ਉਹਨਾਂ ਕੀ ਵਾਰਡ ਵਿੱਚ ਦਾਖਲ ਕੀਤਾ ਨੇ ਤਾਂ ਇਹ ਜਿਹੜੇ ਦੋ ਮੀਆਂ ਬੀਬੀ ਸੇ ਇਸ ਕੀ ਅਖਰ ਨੇ ਤੂੰ ਜਨਾਨਾ ਵਾਰਡ ਵਿੱਚ ਗੈਸੇ ਉਸ ਆਖਿਆ ਮੈਂ ਤਾਂ ਜਨਾਨਾ ਵਾਰਡ ਵਿੱਚ ਨਾ ਗੈਸ ਨਹੀਂ ਹਸਾ ਦੋ ਆ ਕਿ ਉਹ ਇਕੱਠਾ ਕਰੋ ਉਹ ਜਿਹੜਾ ਡਾਕਟਰ ਸਾਹਿਬ ਸਾਖਿਆ ਅੱਛਾ ਤੁਸੀਂ ਹੁਣ ਮੁਹੱਬਤਾਂ ਸੱਚੀਆਂ ਨੇ ਮੈਂ ਕਿਆ ਕਰਾਂ ਫਿਰ ਹਸਪਤਾਲ ਅੱਜ ਲਾ ਕੀਤਾ ਜਾਤ ਹੈ ਇਸੇ ਤੋਂ ਉਹਨਾਂ ਨੇ ਕਿਹਾ ਕੋਰ ਕਮਰਾ ਚਾਹੀਦਾ ਨਹੀਂ ਕਿਹਾ ਤੁਸੀਂ ਉਥਾਰਿਓ ਉਹਨਾਂ ਜਿਹੜਾ ਪੁਲਿਸ ਵਾਲਾ ਸਾਹਿਬ ਸਾਖਿਆ ਪਈਏ ਤਾਂ ਉਹਨਾਂ ਪਰਚਾ ਕਰਾਈ ਸਟਿਆ ਤੁਹਾਡੇ ਪਰ ਕੇ ਬਾਲੀ ਅਸਾਂ ਕੀ ਮਾਰਿਆ ਬਾਲੀ ਆਖਿਆ ਮਾਰੇ ਘਰ ਲੈ ਨਹੀਂ ਨਾ ਲੱਤ ਪਨੀ ਸਟੀ ਤੂੰ ਮਾੜਾ ਵੀ ਪਰਚਾ ਕਰੇ ਕ੍ਰਾਸ ਪਰਚਾ ਹੋ ਸੀ ਮਾਰੇ ਘਰ ਲੈ ਨਹੀਂ ਲੱਤ ਪਨੀ ਸਟੀ ਨੇ ਤਾਂ ਮੈਂ ਉਹਨਾਂ ਕੀ ਮਾਰਾ ਵੀ ਨਾ ਹੋ ਤੇ ਸਿਰੂ ਮਾਰਨ ਲੱਗੇ ਸੇ ਮਾਰੇ ਘਰ ਲੈ ਕੇ और जनाब दो परचे हो गए जी और उसकी शाहरुख ने ना लिखाया ने कि बंदा फसाद नहीं रहा वह जनाब अजे अभी बैग पीछा लाया ही 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 ही, 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 ही प्या करे उसकी वो तू गए जड़ा जनैनी जनाब इन्हें कि अस्पताल ना कमरा मिली गया दुए वार्ड ही तो पुलिस वाले जनाब उसकी पकड़ी तक ही नहीं गए थाने शाहरुख के डेने ਓਕਮਰੇ ਵਿੱਚ ਡਾਕਟਰ ਜਿਸ ਵੇਲੇ ਆਇਆ ਤਾਂ ਉਹਨਾਂ ਜਨਾਬ ਮਾਨੇ ਜਿਹੜੀ ਪਲਸਟਰ ਕੀਤੀ ਲੱਸੀ ਉਸ ਖੱਟਾ ਨਾਲ ਲਈਆਂ ਜਨਾਬ ਟੰਗੀ ਸਟੀ ਨੇ ਐ ਖੈਸ ਕੀਤਾ ਯਾਹ ਪਰ ਰੱਖੋ ਜੇ ਇਸ ਪਾਸ ਖੂਨ ਨਾ ਆਇਆ ਉਸਨੇ ਜਨਾਬ ਲਾਤ ਉਧਰ ਟੰਗੀ ਵਈ ਬਾਲੀ ਨੇ ਦੋਏ ਜਨਾਬ ਇਸ ਪਾਸ ਆਏ ਗਏ ਪਲਸਟਰ ਹੋ ਗਏ ਇਤਰਾਨਾ ਉਹ ਖਾਣੇ ਵਾਲਾ ਆ ਗਿਆ ਉਸ ਵੇਲੇ ਇਹ ਦੀਣੀ ਤੇ ਸੇਵਰ ਫੂਡ ਆਲੇ ਤਾਂ ਦੂਸਰੇ ਵੀ ਅਚੀਤ ਹਸਪਤਾਲ ਆਜ ਮਰੀਜ਼ਾਂ ਕੇ ਖਾਣੇ ਦੇਣੇ ਤਾਂ ਉਹ ਜਨਾਬ ਪਲਾ ਕੇ ਨਹੀਂ ਤਾਂ ਆਇਆ ਤਾਂ ਉਸ ਅੱਛੀ ਤਰ੍ਹਾਂ ਰੱਖਿਆ ਉੱਥੇ ਕੋਲ ਮਾਨੇ ਨੇ ਪਿਆਸ ਆਤ ਮਾਨੇ ਤਾਂ ਕਿਹਾ ਕਿ ਪਈ ਇਹ ਤਾਂ ਹੁਣ ਖਾਈ ਨਹੀਂ ਸਕਣੀ ਇਸ ਨੇ ਆਤਾ ਥਾਂ ਪਰ ਪਲਸਟਰ ਲਗਾਏ ਕਿ ਜਵੀਤ ਉਹ ਨਾ ਆਖਣਾ ਬਾਲੀ ਕੀਜੇ ਉਹ ਆ ਤੂੰ ਕੀ ਖਲਾ ਭੁਖ ਲਗੀ ਹੋ ਸੀ ਆ ਸਵੇਰਾ ਨਾ ਕੁਝ ਖਾਦਾ ਵੀ ਨਹੀਂ ਆ ਤਾਂ ਉਹ ਨਾ ਬਾਲੀ ਉਸਨੇ ਕੋਲ ਗਈ ਤਾਂ ਉਹ ਜਨਾਬ ਚਮਚਾ ਪਰੀ ਪਰੀ ਤੇ ਬਾਲੀ ਕੀ ਖਲਾਇ ਤਾਂ ਬਾਲੀ ਬੜੀ ਖੁਸ਼ ਹੋਈ ਆਖਣੀ ਮਾਨਿਆ ਏ ਗੱਲ ਬਾ ਉਸ ਆਖਿਆ ਕਿਆ ਗੱਲ ਹੀ ਮਲਕੂ ਠੀਕ ਆਖਣਾ ਖਿਆ ਆਖਣਾ ਮਲਕੂ ਮਲਕੂ ਆਖਣਾ ਰੋਲੇ ਤੇ ਗਏ ਆ ਪਰ ਚਸ ਬੜੀ ਆਈਏ ਤੋ ਮਾਨਾਂ ਯਾਰਾ ਲਤ ਤੇ ਭਜ ਗਈ ਚਸ ਬੜੀ ਆਈਏ ਵਾਹਣੀ ਅੱਲਾ ਕਰੇ ਹਰ ਈਦੀ ਪਰ ਨਾ ਤੁਹਾਡੀ ਲਤ ਭਜੀ ਗੱਚੇ ਤੋ ਕੋ ਰਾਗਾ ਪਿੱਛਾ ਦੋਸਤਾਂ ਦੇ ਪਾਸਾ ਨਾ ਗੱਚੇ ਔਰ ਮਾੜਿਆ ਵੀ ਇਹ ਆਤ ਭਜੀ ਗੱਚਣ ਮਾਰੇ ਆ ਹਥਾ ਪਰ ਵੀ ਪਲਸਟਰ ਲਗਾ ਹੋਇਆ ਤਾਂ ਅਸਾਂ ਤਾਂ ਇੱਥਾ ਚੰਗੀ ਪੇਈਦ ਮਨਾਣੇ ਆ ਨਹੀਂ ਤਾਂ ਮੈਂ ਉੱਥਾ ਜਨਾਬ ਰੋਟੀਆਂ ਥਪੜੀਆਂ ਵਾਰ ਤੁਹਾਡੇ ਸਾਰੇ ਟਬਰੇ ਤੇ ਤੇ ਇੱਥਾ ਬੈਠੀ ਆ ਆਪਣੇ ਰਾਮੇ ਨਾਲ ਕੋਈ ਗੱਲ ਨਹੀਂ ਜੇ ਪੰਗਾ ਨਹੀਂ ਜਾਈ ਪਲਸਟਰ ਲੱਗੀ ਗਏ ਪਰ ਕਮ ਅਜ਼ ਕਮ ਆਪਣੇ ਹੱਥਾਂ ਨਾਲ ਰੋਟੀ ਤੇ ਪਿਆ ਖਲਾੜਾ ਹੈ ਤਾਂ ਇਸ ਤਰ੍ਹਾਂ ਜਨਾਬ ਉਹਨਾਂ ਨੇ ਇਹ ਹਸਪਤਾਲ ਆਇਤਾ ਉਸੇ ਲਈ ਸ਼ਾਮ ਹੋਇਆ ਤਾਂ ਇੱਕ ਬੰਦਾ ਆਇਆ ਉਸੇ ਨਾਲ ਸ਼ਾਹਰੁਖ ਵੀ तो बंद आया चितिता जी इस्लामकम जी माड़ा ना जनाब वो शेख आदल आ माड़ी मोती बाज़ार ही दुकान ही जनानिया ने कपड़े नहीं तो यह माड़ा पुत्र जनाब पागल आया इसका कोई पता नहीं जिस वेले को शाह रुख नहीं फिल्म तक कि दिल वाले दुल्हनिया ले जाएंगे तो उस वेले ना ये जनाब पागल होया फिर न, और हर रोज़ माड़े तक कोई ना कोई जनाब वो परेशानी तो कोई ना कोई मुसीबत के नहीं इस ਇਹ ਜਨਾਬ ਚਾਰ ਭਰਾ ਹੈ ਤਰਾਏ ਸੁ ਬੜੇ ਔਰ ਠੀਕ ਠਾਕ ਕੰਮ ਕਰਨੇ ਇਸ ਲਈ ਵਜ੍ਹਾ ਸੁ ਅਸਮਾ ਮੇ ਕੰਮ ਵੀ ਖਰਾਬ ਆ ਜਿਹੜੀ ਕੋਈ ਜਨਾਨਾ ਆ ਗਿਆ ਚਾ ਜਨਾਬ ਦੁਕਾਨਾ ਪਰ ਇਹ ਉਸ ਨਾਲ ਗਾਣੇ ਗਾਣ ਲਗੀ ਪੈਣਾ ਸ਼ਰੀਫ ਜਨਾਨੀਆਂ ਜਨਾਬ ਮਾੜੇ ਦੁਕਾਨਾ ਲੈ ਪਾਸ ਐਸ਼ਨੀਆਂ ਨਹੀਂ ਹੁਣ ਸਾਡਾ ਜਨਾਬ ਕੰਮ ਹੀ ਉਹ ਜਨਾਨੀਆਂ ਨੇ ਕਪੜੇ ਨਾ ਤੇ ਜਿਹੜੀਆਂ ਕੋਈ ਅਛਣ ਤੇਰਾ ਤਾਲ ਦੀਆਂ ਜਨਾਨੀਆਂ ਤੇ ਉਹ ਇਸ ਜਨਾਬ ਗੱਲਾਂ ਚ ਲਾਈ ਤੇ ਗਾਣੇ ਸ਼ਾਣੇ ਸੁਣੀ ਤੇ ਮੁਫਤ ਚ ਕਪੜੇ ਕਿ ਨਿਗੇਸ਼ ਨਹੀਂ ਆ ਇਸ ਮਾਰੇ ਆ ਸਾ ਇਸ ਦੀ ਦੁਕਾਨ ਐਚ ਵੀ ਨਾ ਬੰਦਣ ਦੇਣੇ ਤੇ ਇਸ ਦਾ ਨਫਸੀਆਤੀ ਇਲਾਜ ਚਲਣਾ ਪਿਆ ਹੈ ਹਰ ਵੇਲੇ ਉਨ ਦੀ ਪਰ ਵੀ ਇਸ ਜਨਾਬ ਤਾਂ ਬੈਗਸ਼ਕ ਲਈ ਤੇ ਨਿਕਲੀ ਗਿਆ ਅਖਣਾ ਮਾੜੀ ਸਿਮਰਨ ਐਸੀ ਤੇ ਅਸਾਂ ਗਿਆ ਸਾ ਤੇ ਪਤਾ ਨਹੀਂ ਕਿਆ ਕਿਆ ਇਸਨੇ ਸੋਚ ਗਿਆ ਤੇ ਮੈਂ ਤੁਸਾਂ ਗੀ ਮਾਫੀ ਮੰਗਣਾ ਆ ਜਿਹੜਾ ਕਿ ਜੇ ਤੁਸਾਂ ਨਾ ਖਰਚਾ ਆਇਆ ਮੈਂ 50000 ਰੁਪਈਆ ਤੁਸਾਂ ਕੀ ਦੇਸਾਂ ਤੇ ਤੁਸਾਂ ਜਿਹੜਾ ਆਇਆ ਇਹ ਮੁਕੱਦਮਾ ਵਾਪਸ ਕਿਨੋ उन्हें तो क्या उन्हें कि भी तरस आ गया शाहरुख पर पहले तो रो इन्ना जिन्हें तो फिर वो मतलब वो वो शाहरुख ही है जैसा कि वो बंदे के रो भी चढ़े तो उसकी तक की तरस आ गया किसने तो उस आखिया माना जड़ा सा उस माने आखिया आख है वो ये तुकिया इसकी सिमरन सिमरन नाखना से हाँ नहीं नहीं अजय देवगन भाई आपकी शादी हो चुकी है उस आखिर वो अजय देवगन नाम माड़ा ना बड़ा है इमरान उस आख्या नहीं नहीं अजय भाई बस काजूलाद की हो गई है आज से ये मेरी दीदी हैं उस आख्या इसकी बाजी आ उस आख्या जी मैं ये मेरी बाजी हैं बस सारी जिंदगी ये मेरी दीदी रहेगी मैं इनका छोटा भाई हूँ तो उस आख्या जी चलो ऐसा मुकदमा वापस करने लेकिन मुखालफ पार्टी भी वापस के ना उस आख्या जी मैं उन्होंने गल करी आया तो वह भी करने हैं तो तुसा इसकी जनाब हो माफ़ करो और जिस वेला निकले वाली तो माने की ग्रा च भी एक है, है तो, तो वो भी सदर करनी वह भी बीमार होगी नफस्याती होएगी तो वह हर वे अपने आप की का समझनी तो जनाब ना उसना ब्याह होया ना कि होया तो अखनी वो मेरा शाहरुख खान जो है मेरा जो राहुल है वो फुटबॉल खेल रहा है वो आएगा और वो मुझे लेके जाएगा मैं उसके साथ शादी करूँगी जूं बदल वड़ा तो जनाब सूखे कपड़े गची तो बाहर तारा पर बाहर लगी गां लगी पैणी मेरे ख्वाबों में जो आए उसने माँ सी एक बेचारी बुढ़ी तो बहुत बीमार जी तो कमजोर जीत अगर वो सतरा बदल तो उसकी माऊ की जनाब पकड़ी तो बाहर की नहीं आई तो सतरा तोलिया लपेटा हुआ तो मेरे ख्वाबों में जो आए वो करे वो उसकी गाली कडे वो लाड़े नहीं थी ये क्या करनी है ये वो मैं मरी गैसा बेचारी सिजी गई सिजी तो उसकी आड़ा सी लगा उसकी नमूनिया होगी और दुनिया से चली गई ਉਹ ਉਹਨੇ ਕਾਜੋਲ ਨੇ ਜਨਾਬ ਚਾਰ ਪੰਜ ਭਰਾ ਸੇ ਉਹ ਜਿਸ ਵੇਲੇ ਤਕੜੇ ਸੇ ਇਹ ਜੀ ਹਰਕਤਾ ਉਸ ਕੀ ਮਾਰਨੇ ਸੇ ਉਹ ਬਾਅਦ ਹੀ ਤੋਂ ਨਾ ਮਾਰਨਾ ਵੀ ਛੋੜ ਦਿੱਤਾ ਕਿ ਤੇ ਬਿਲਕੁਲ ਉਸਨਾ ਵੀ ਨਫਸੀਆਤੀ ਇਲਾਜ ਪੇ ਔੜਾ ਸਾਕ ਇਸਨੇ ਦਿਮਾਗ ਕੇ ਸਾ ਤਰੀਕੇ ਨਾਲ ਠੀਕ ਹੋਇਆ ਹੁਣ ਗਰਾਂਜ ਕੋਈ ਬੰਦਾ ਉਥੇ ਰਿਸ਼ਤਾ ਨਹੀਂ ਸੇ ਕਰਨਾ ਕਿ ਤਾ ਪਾਗਲੀ ਹੈ ਜਨਾਬ ਅਜੀਬ ਜੀ ਬਰਕਤਾਂ ਕਰਨੀ ਤੇ ਐਸੇ ਨਾਲ ਰਿਸ਼ਤਾ ਕੌਣ ਕਰੇ ਮਾ ਨੇ ਆਖਿਆ ਕਿ ਜੇ ਉਹ ਕਾਜਲ ਬੜੀ ਵਹੀ ਤੇ ਸ਼ਾਹਰੁਖ ਬੜਿਆ ਵਾ ਤੇ ਬੜਾ ਨੇਕੀ ਨਾ ਕੰਮ ਹੋਸੀ ਕਿ ਉਹਨਾਂ ਨੇ ਬਿਆਹ ਕਰਾਈ ਸਟਕੇ ਉਸਖੈ ਇਹ ਤੇ ਤੂੰ ਸੱਚੀ ਗੱਲ ਬਾਈ ਕਿ ਉਹ ਆਖਣੇ ਹੈ ਮੁਹੱਬਤਾ ਸੱਚੀਆ ਹੋਣ ਤੇ ਕੋਈ ਨਾ ਕੋਈ ਇਸ ਤਰ੍ਹਾਂ ਰਿਸ਼ਤਾ ਬੜੀ ਗਿਸ਼ਨਾ ਤੇ ਚਲੋ ਹੁਣ ਅਸਾਂ ਠੀਕ ਹੋਸਾਂ ਤੇ ਇਹਨਾਂ ਨਾਲ ਕੀ ਕਰਸਾਂ ਉਹ ਜਨਾਬ ਹਰ ਰੋਜ਼ ਜਨਾਬ ਅਛਾ ਹੈ ਸ਼ਾਹਰੁਖ ਨਾ दिला नचारा चंगा बंदा सा पर दिमाग उसने इस तरह क्या सा अजय भाई करी तो उसकी मिले दीदी दी जी उसकी करी तो मिले तो खाना शाना उन्ना कि के नीता अच्छा है तो चीज़ा के नीता अच्छा है तो उसकी आख्या बाली के शाहरुख जो है थोड़ा बया कराई सटा तो उस नहीं हम जो है इस तरह शादी नहीं करेंगे हमारी हीरोइन है वो आएगी उस आख्या है कि काजोल जी है वो बैठी बही मेरे ग्राँ और वो थोड़े इंतजार बैठी हुई तो मैं थोड़ा बया कर सख्या अच्छा लेकिन अब तो काजोल की शादी हो गई आज के साथ उस सा। आख्या नहीं वो ऐश्वर्या ही नल नी शादी कर सू अजा सुना मुहब्बते आला शाहरुख बड़ी गई उस आख्या अच्छा अगले रोज़ आया तो उस तरह जनाब चंगी पहली गर्मी स्वैटर पाई बई मुंडे पर एनक लाइया नजरी नहीं आते तो उस तरह जनाब वह गला करें ਉਹ ਜਿਸ ਵੇਲੇ ਠੀਕ ਹੋਈ ਗਿਆ ਜਨਾਬ ਤੇ ਹੱਕ ਰੋਜ਼ ਉਸ ਕਿ ਕਿ ਨਹੀਂ ਗਈ ਦੋ ਜੜਾ ਜਨਾਨੀ ਨਾ ਤੇ ਉਹ ਜਿਸ ਵੇਲੇ ਉਸਨੇ ਕਰਾਦਰ ਖੜਾ ਲਗਾਇਆ ਤਾਂ ਉਹਨਾਂ ਨੇ ਕਿਹਾ ਆਪ ਇਧਰ ਹੀ ਰੁਕ ਜਾਓ ਮੈਨੂੰ ਬਤਾਓ ਉਸ ਦਾ ਘਰ ਕੌਣ ਸ ਹੈ ਉਹਨਾਂ ਆਖਿਆ ਉਹ ਬੁੰ ਜੜਾ ਫਲਾਣਾ ਘਰ ਆ ਉਸ ਦਾ ਘਰ ਆ ਆਖਣਾ ਛਾ ਠੀਕ ਆ ਉਹ ਜਨਾਬ ਇੱਕ ਸਤਾਰ ਦੀ ਨਾਲ ਕਿ ਨਹੀਂ ਤਾਇਆ ਸੋ ਉਹਨਾਂ ਨੇ ਕਿ ਆਖਣਾ ਕਿ ਤੁਸੀਂ ਇੱਥੇ ਅੱਗ ਲਾਓ ਤੇ ਧੂਆ ਲਾਓ ਥੋੜਾ ਜਿਹਾ ਉਹਨਾਂ ਜਨਾਬ ਅਗਸ਼ਕ ਬਾਲੀ ਤਉ ਥਤੂ ਅਠਾ ਲਿਆ ਤਾਂ ਹਣਾ ਹੁਣ ਤੁਸੀਂ ਜਨਾਬ ਦੇ ਜਣਾ ਦੇ ਨਾਣੀ ਨਾ ਉਹ ਕਰੋ ਉਹ 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 ਤੇ ਇਚਰਾ ਉਹ ਕਹ ਤਕੜੇ ਜਨਾਬ ਕੇ ਉਧਰੋਂ ਜਨਾਬ ਉਹ ਜਿਹੜੀ ਕਾਜੋਲ ਬਣੀ ਸੀ ਉਸ ਕਗਰਾ ਦੋ ਹੱਥਾਂ ਨਾਲ ਚਾਇਆ ਤੇ ਨੱਠੀ ਇਸ਼ ਨਹੀਂ ਪੀਤ ਉਹ ਵਾਕਿਆ ਹੀ ਹਕੀਕਤ ਹੋਏਗੀ ਜਨਾਬ ਸਾਰੇ ਗੱਲ ਤਾਂ ਅੱਛੀ ਤਾਂ ਉਸकी ਮਿਲੀ ਉਹ ਪਿੱਛੇ ਪਿੱਛੇ ਜਨਾਬ ਉਸਨੇ ਜਿਹੜੇ ਭਰਾ ਸੇ ਉਹਨਾਂ ਡਾਂਗਾ ਚਾਈਆਂ ਹੋਈਆਂ ਉਹ ਆ ਕੇ ਕਿ ਭਾਈ ਇਹ ਕੋਣੇ ਬੰਦੇ ਕਾ ਤਮਾਸ਼ਾ ਕਰਨੇ ਪਿਓ ਖੈਰ ਉਹ ਬਾਲੀ ਕਿਉਂ ਨਾ ਪਛਾਣੀ ਕਿਦਾਂ ਉਸਾ ਗਰਾਈ ਨਹੀਂ ਸੀ ਉਹਨਾਂ ਕਿ ਆਖਿਆ ਜਿੱਦੇ ਤੂੰ ਕਿਦਰ ਮੈਂ ਇਹ ਰਿਸ਼ਤਾ ਕਿ ਨਹੀਂ ਤਾਂ ਆਈਆਂ ਇਸ ਨੇ ਆਸ ਤੇ ਨੀ ਆਸ ਤੇ ਹੋਈ ਸਰਾ ਜਨਾਬ ਉਹਨਾਂ ਨਾਲ ਰਿਸ਼ਤਾ ਹੋਇਆ ਤਾਂ ਨਦਰੇ ਨੇ ਹਰੀਦੀ ਪਰ ਕੋਈ ਨਾ ਕੋਈ ਜੜਾਈ ਜਾਂ ਖੜਾਕ ਹੋਈ ਗਿਸ਼ਨਾ ਅਸਾਂ ਪਟਵਾਰੇ ਲੋਕਾਂ ਨਾਲ ਤੇ ਇਹ ਪਿਆਰ ਮੁਹੱਬਤ ਨਾ ਦਿਨ ਹੋਣਾ ਤਾਂ ਕੋਸ਼ਿਸ਼ ਕਰੋ ਕਿ ਜਨਾਬ ਆਪਣੇ ਮਾਪੇ ਵੀ ਖੁਸ਼ ਹੋਣ ਆਪਣੇ بیوی ਬੱਚੇ ਵੀ ਖੁਸ਼ ਹੋਣ ਤੇ ਕੋਈ ਹੈ ਜੀਆਂ ਗੱਲਾਂ ਜਿਹੜੀਆਂ ਜਾਂ ਵਾਕਿਆ ਜਿਹੜਾ ਨਾ ਪੇਸ਼ ਅੱਛਾ ਹੈ ਕਾਫੀ ਦੇਰੀ ਬਾਅਦ ਇਹ ਵੀਡੀਓ ਕੀਤੀ ਸੀ ਚੈਨਲ ਤੱਕਣੇ ਰਿਹਾ ਜਿੰਨਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਆ ਫਿਰ ਮਿਲਸਾਂ ਜੀ ਅੱਲਾਹ ਹਾਫਿਜ਼